ਬਈ ਕੰਗਣਾ ਤੈ ਸਾਡੇ ਕੀਰਤ ਪਤੇ ਟੱਪਣਾ ਅਸੀਂ ਤੈਨੂੰ ਟੰਗਣਾ ਅਸੀਂ ਜਾਤਾਂ ਹੀ ਮਾਫੀ ਨਹੀਂ ਮੰਗਦੀ ਅਸੀਂ ਨਹੀਂ ਜਾਣਦਾ ਮਾਫੀ ਅਸੀਂ ਨੂੰ ਪਾਸਾ ਦਵਾਂਗੇ ਬਾਹਰ ਨਿਕਲ ਕੇ ਦਾ ਦਵਾ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਔਰਤਾਂ ਦੀ ਵੰਗਾਰ ਗੋ ਬੈਕ ਦੇ ਲੱਗ ਰਹੇ ਨਾਰੇ ਤਸਵੀਰਾਂ ਪੰਜਾਬ ਦੇ ਕੀਰਤਪੁਰ ਸਾਹਿਬ ਵਿੱਚ ਬੁੰਗਾ ਸਾਹਿਬ ਦੀਆਂ ਨੇ ਜਿੱਥੇ ਕਿਸਾਨਾਂ ਨੇ ਕੰਗਣਾ ਰਣੌਤ ਦੇ ਕਾਫਲੇ ਨੂੰ ਘੇਰ ਲਿਆ ਕੰਗਣਾ ਰਣੌਤ ਮਨਾਲੀ ਤੋਂ ਚੰਡੀਗੜ੍ਹ ਜਾ ਰਹੀ ਸੀ ਰਸਤੇ ਦੇ ਵਿੱਚ ਕਿਸਾਨਾਂ ਨੇ ਕੰਗਣਾ ਦੀ ਗੱਡੀ ਨੂੰ ਅੱਗੇ ਲੰਘਣ ਨਹੀਂ ਦਿੱਤਾ ਗੱਡੀ ਘੇਰ ਕੇ ਕਿਸਾਨਾਂ ਨੇ ਕੰਗਣਾ ਨੂੰ ਮਾਫੀ ਮੰਗਣ ਦੇ ਲਈ ਕਿਹਾ ਦਿੱਲੀ ਬਈ ਕੰਗਣਾ ਤੈ ਸਾਡੇ ਕੀਰਤ ਪਤੇ ਟੱਪਣਾ ਅਸੀਂ ਤੈਨੂੰ ਟੰਗਣਾ ਸਾਨੂੰ ਤੀਏ ਦਿਨੇ ਸ਼ਿਕਾਰ ਮਿਲ ਗਿਆ ਤੀਏ ਦਿਨੇ ਪਰਸੋਂ ਸ਼ਾਮ ਨੂੰ ਆਈਆਂ ਸੀ ਅੱਜ ਸਾਨੂੰ ਸ਼ਿਕਾਰ ਮਿਲ ਗਿਆ ਅਸੀਂ ਉੱਥੇ ਬੈਠਿਆਂ ਕਹਿੰਦੀਆਂ ਬਾਬਾ ਨਾਨਕਾ ਸਾਡਾ ਸ਼ਿਕਾਰ ਨਿਕਲ ਨਾ ਜਾਵੇ ਅੱਜ ਸਾਡਾ ਸ਼ਿਕਾਰ ਮਿਲ ਗਿਆ ਸਾਨੂੰ ਹੁਣ ਅਸੀਂ ਜਾਤਾਂ ਹੀ ਮਾਫੀ ਨਹੀਂ ਮੰਗਦੀ ਅਸੀਂ ਨਹੀਂ ਜਾਣ ਦੇਵਾਂਗੇ ਕਾਫੀ ਸਮਾਂ ਕੰਗਣਾ ਦੀ ਕਾਰ ਨੂੰ ਕਿਸਾਨਾਂ ਨੇ ਘੇਰੀ ਰੱਖਿਆ ਗੱਡੀ ਵਿੱਚ ਬੈਠੀ ਕੰਗਣਾ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰ ਕਿਸਾਨਾਂ ਤੇ ਇਲਜ਼ਾਮ ਵੀ ਲਗਾਏ ਮੈਂ ਅਭੀ ਹਿਮਾਚਲ ਸੇ ਨਿਕਲੀ ਹੂੰ ਕਿਉਂਕਿ ਮੇਰੀ ਫਲਾਈਟ ਕੈਂਸਲ ਹੋ ਗਈ ਔਰ ਯਹਾਂ ਪੰਜਾਬ ਮੇ ਆਤੇ ਹੀ ਇੱਕ ਮੌਬ ਨੇ ਮੁਝੇ ਘੇਰ ਲਿਆ ਹੈ ਵੋ ਖੁਦ ਕੋ ਕਿਸਾਨ ਕਹਿ ਰਹੇ ਹੈ ਔਰ ਮੁਝ ਪੇ ਅਟੈਕ ਕਰ ਰਹੇ ਹੈ ਗੰਦੀ ਗਾਲੀਆਂ ਦੇ ਰਹੇ ਹੈ ਔਰ ਮੁਝੇ ਜਾਨ ਸੇ ਮਾਰ ਦੇਣੇ ਕੀ ਧਮਕੀ ਦੇ ਔਰ ਅਗਰ ਯਹਾਂ ਪੇ ਪੁਲਿਸ ਨਾ ਹੋ ਤੋ ਯਹਾਂ ਪੇ ਲਿੰਚਿੰਗ ਹੋ ਓਪਨਲੀ ਸ਼ੇਮ ਔਨ ਦੀਸ ਪੀਪਲ ਕਾਫੀ ਦੇਰ ਤੱਕ ਘਿਰਾਓ ਹੋਣ ਤੋਂ ਬਾਅਦ ਕੰਗਣਾ ਰਣੌਤ ਨੇ ਕਿਸਾਨ ਬੀਬੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਅੰਤ ਦੇ ਵਿੱਚ ਮਾਫੀ ਵੀ ਮੰਗ ਲਈ ਕੰਗਣਾ ਰਣੌਤ ਦਾ ਵਿਰੋਧ ਕਿਸਾਨ ਅਕਸਰ ਕਰਦੇ ਰਹੇ ਨੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਕੰਗਣਾ ਨੇ ਕਿਸਾਨਾਂ ਬਾਰੇ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਸਨ ਕਿਸਾਨ ਅੰਦੋਲਨ ਦੌਰਾਨ ਵੀ ਕੰਗਣਾ ਚੁੱਪ ਨਹੀਂ ਰਹੀ ਇਸੇ ਲਈ ਕਿਸਾਨ ਕੰਗਣਾ ਤੋਂ ਕਾਫੀ ਔਖੇ ਸਨ